ਸਰ ਗੀਤ ਹੈ ਦਿਲ ਕਿੱਥੇ ਖੜਾਏ ਭੋਲਿਆ ਇਹ ਪਹਿਲੀ ਦਫਾ ਤੁਸੀਂ ਗਾਇਆ ਜਾਂ ਤੁਹਾਡੇ ਤੋਂ ਪਹਿਲੇ ਕੁਝ ਲੋਕ ਆਦਨ ਜੀ ਤਾਲੇ हुसैन ਦਰਦ ਸਾਹਿਬ ਨੇ ਇਸ ਗੀਤ ਨੂੰ ਗਾਇਆ ਬਸ ਤਕਲੀਫਾਂ ਬੜੀਆਂ ਆਈਆਂ ਬੜੇ ਸਫਰ ਕੱਟੇ ਬੜੇ ਜਤਨ ਕੱਟੇ ਉਸ ਤਰ੍ਹਾਂ ਤਾਂ ਬਚਪਨ ਦੇ ਵਿੱਚ ਵੀ ਮੇਰੇ ਅੰਦਰ ਇਹ ਚੀਜ਼ਾਂ مالک ਦੀ ਤਰਫੋਂ ਆਈ ਹੋਈਆਂ ਬismillahirrahmanirrahim ਅਸਲਾਮੁਅਲੈਕਮ YouTube ਚੈਨਲ ਝੰਗ ਰੰਗ ਤੋਂ ਮੈਂ ਹਾਂ ਅਨਸਰ ਖਾਨ ਬਲੋਜ ਅੱਜ ਸਾਡੇ ਨਾਲ ਮੌਜੂਦ ਹਨ ਝੰਗ ਦੀ ਪਹਿਚਾਨ ਝੰਗ ਦਾ ਮਾਣ ਝੰਗ ਦਾ ਤਰਾਨ ਝੰਗ ਦਾ ਸਹਿਰਾ ਆਪਣੀ ਆਵਾਜ਼ ਦੇ ਜ਼ਰੀਏ ਝੰਗ ਦਾ ਨਾਮ ਪੂਰੀ ਦੁਨੀਆ ਤੇ ਰੋਸ਼ਨ ਕਰਾ ਕਰਨ ਵਾਲੇ ਮਹਤਮ ਜਨਾਬ ਜ਼ਹੂਰ ਲੋਹਾਰ ਸਾਹਿਬ ਅੱਜ ਸਾਡੇ ਝੰਗ ਰੰਗ ਦੇ ਮਹਿਮਾਨ ਹਨ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਸਰ ਸਭ ਤੋਂ ਪਹਿਲੇ ਤਾਂ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ YouTube ਚੈਨਲ ਝੰਗ ਰੰਗ ਨੂੰ ਟਾਈਮ ਦਿੱਤਾ ਸਰ ਤੁਸੀਂ ਇਹ ਜਿਹੜੀ ਗਲੁਕਾਰ ਹੀ ਹੈ ਸਰ ਕਿਤਨੇ ਅਰਸੇ ਤੋਂ ਕਰ ਰਹੇ ਹੋ ਬismillah रहमान रहीम ਉਸ ਤਰ੍ਹਾਂ ਤਾਂ ਬਚਪਨ ਦੇ ਵਿੱਚ ਵੀ ਮੇਰੇ ਅੰਦਰ ਇਹ ਚੀਜ਼ਾਂ ਮਾਲਕ ਦੀ ਤਰਫੋਂ ਆਈ ਹੋਈਆਂ ਹਨ और बकयदा रियाज जरा पचहत्तर छिहत् तो शुरू किया मेरे सब तो पहले उस्ताद मोहतरम बरकत अली मलंगे शरनाय साहब और दूसरे मेरे उस्ताद मोहतरम खान साहेब शमशाद हुसैन चंदा साहेब जिन्होंने को मैं गजल रंग सीखे और मेरे उसताद मोहतरम जनाब खान साहेब तालिब हुसैन दर्द और जिन्होंने मेरा एक रूहानी अतर रिश्ता भी है उन्होंने को सीखे फिर उस तो बाद तकलीफा ही बड़ी आई बड़े सफर कटे बड़े जतन कटे अल्लाह करीम ने मेथेरा मत फरमाय है। प्यारे सदके अज मैनु मालिक ने इज्जत बख्शी मेरा ये गीत पूरी दुनिया चल रहा और लोग मेरी इज्जत करते हैं और

ਕਿ ਯਾਨੀ ਰਾਤੋ ਰਾਤ ਤੁਹਾਡਾ ਨਾਮ ਪੂਰੀ ਦੁਨੀਆ ਤੇ ਫੈਲ ਗਿਆ ਅੱਜ ਵੀ ਅਗਰ ਤੁਹਾਡੇ ਚੈਨਲ ਤੇ ਅਸੀਂ ਉਸ ਗੀਤ ਦੀ ਰੇਟਿੰਗ ਵੇਖੀਏ ਤੇ ਤਕਰੀਬਨ 98 ਮਿਲੀਅਨ ਵਿਊਜ਼ ਜਿਹੜੇ ਹਨ ਉਹ ਤੁਹਾਡੇ ਚੈਨਲ ਤੇ ਹਨ ਬਾਕੀ ਹੋਰ ਵੀ ਕਾਫੀ ਲੋਕਾਂ ਨੇ ਉਸ ਗੀਤ ਨੂੰ ਅਪਲੋਡ ਕੀਤਾ ਸਰ ਜ਼ਹੂਰ ਲੋਹਾਰ ਦਿਲ ਕਿੱਥੇ ਖੜਾਏ ਭੋਲਿਆ ਉਸ ਤੋਂ ਪਹਿਲੇ ਔਰ ਦਿਲ ਕਿੱਥੇ ਖੜਾਏ ਭੋਲਿਆ ਉਸ ਤੋਂ ਬਾਅਦ ਸਰ ਕੀ ਫਰਕ ਮਹਿਸੂਸ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ ਫਰਕ ਤਾਂ ਇਹਨੇ ਮਹਿਸੂਸ ਕੀਤਾ ਹੈ ਬਈ ਮੈਂ ਅੱਜ ਵੀ ਉਹ ਜ਼ਹੂਰ ਲੋਹਾਰ ਹਾਂ ਉਹਨੇ ਸਾਦਗੀ ਉਨੇ ਅੱਲਾਹ ਤਾਲਾ ਦੀ ਬਾਗ਼ ਵਿੱਚ ਆਜਈ ਅੱਲਾਹ ਦੇ ਬੰਦੇ ਨਾਲ ਪਿਆਰ ਉਸ ਲਈ ਵੀ ਨਾ ਕਰਦਾ ਮੈਂ 2004 ਦੇ ਚੀ ਗਾਇਆ ਜਿੱਥੇ ਮੈਨੂੰ ਇਹ ਮਿਲਿਆ ਸੱਚਾਈ ਤੇ ਇੱਕ ਸ਼ਾਦੀ ਦੀ ਤਕਰੀਬਾਤ ਅਸ ਗਾਇਆ ਮੈਂ ਗਾ ਰਿਆਂ ਮਾਰ ਗੁਲਾਮ ਮਦਰ ਸਾਹਿਬ ਅੱਲਾਹ ਤਾਲਾ ਰੰਜ਼ ਜਨਤ ਰਸੀਬ ਕਰੇ ਮੈਂ ਉਸਤਾਦ ਅਗੀਤ ਗਾ ਰਿਹਾ ਸੀ ਕਿ ਯਾਰ ਥੋੜਾ ਜਿਨੂੰ ਲੰਮਕਾਈ ਮੈਂ ਉਹ ਗੀਤ ਮੁਕਾਇਆ ਤੇ ਮਾਰ ਸਾਹਿਬ ਉਹ ਰ ਪੇਪਰ ਲੈ ਕੇ ਮੇਰੇ ਅੱਗੇ ਰਖ ਦਿੱਤਾ ਉਹਦਾ ਕਿ ਹੁਣੇ ਗਾਵਣਾ ਹੁਣੇ ਤਰਸ ਬਣਾਵਣੀ ਉਠਾਈ ਸਟੇ ਇਤਿਆਰ ਬਣਾ ਕੇ ਮੈਂ ਗਾਇਆ 2005 ਚ ਫਿਰ ਗਾਇਆ ਇਹ ਨਿਆਜ਼ ਪ੍ਰੋਡਕਸ਼ਨ ਵਾਲੇ ਕੋਲ ਜਿਹੜਾ ਸਰਗੀਤ ਹੈ ਦਿਲ ਕਿੱਥੇ ਖੜਾਏ ਭੋਲਿਆ ਇਹ ਪਹਿਲੀ ਦਫਾ ਤੁਸੀਂ ਗਾਇਆ ਜਾਂ ਤੁਹਾਡੇ ਤੋਂ ਪਹਿਲੇ ਕੁਝ ਲੋਕ ਆਦਨ ਜੀ ਤਾਲਿਬ हुसैन ਦਰਦ ਸਾਹਿਬ ਨੇ ਇਸ ਗੀਤ ਨੂੰ ਗਾਇਆ ਨਹੀਂ ਜੀ ਉਹਨਾਂ 2009 ਚ ਗਾਇਆ ਹੈ ਕੱਟ ਕੱਟਾ ਸਗਰਾਲ ਗਾਇਆ ਉਹਨਾਂ 2009 ਚ ਮੈਂ 2004 ਚ ਗਾਇਆ ਇਹ ਤੁਸੀਂ ਉਹਨਾਂ ਤੋਂ ਪਹਿਲੇ ਗੀਤ ਗਾ ਲ ਇਹ ਪਹਿਲੇ ਗਾਇਆ ਹੈ ਫਿਰ ਮੈਂ ਕਾਫੀ ਸਤੇਜਦਾ ਤੇ ਗਾਂਦਾ ਰਿਹਾ ਗਾਂਦਾ ਰਿਹਾ ਹੁਣ ਵੱਡੀ ਤੋਂ ਵੱਡੀ ਗੱਲ ਇਹ ਕਿ ਅੱਲਾਹ ਤਾਲਾ ਤਫਾਜ਼ਿਆ ਆਪਣੇ ਬੰਦੇ ਨੂੰ ਬਾਰ-ਬਾਰ ਬਾਰ-ਬਾਰ ਹੁਕਮ ਦੇ ਰਿਹਾ ਹੈ ਮੈਂ ਆ ਮੇਰੇ ਬੂਏ ਤੋਂ ਪੈਨ ਆ ਮੇਰੇ ਬੂਏ ਤੋਂ ਪੈਨ ਜਿੰਨਾ ਪਿੰਨਿਆ ਉਹਨੂੰ ਖਰਾਇਤ ਮਿਲ ਗਿਆ ਤੇ ਮਾਲਕ ਤਮੋਂ ਰਿਸਕ ਤਾਂ ਹਾਰ ਨੂੰ ਦੇਵਣਾ ਚਾਹੇ ਮਾੜਾ ਚਾਹੇ ਚੰਗਾ ਹੈ ਪਿਛਲੀ ਰਾਤੀ ਰਹਿਮਤ ਰੱਬ ਦੀ ਕਰੇ ਬੁਲੰਦ ਆਵਾਜ਼ਾ ਹੈ ਕੋਈ ਬਖਸ਼ਿਸ਼ ਮੰਗਣ ਵਾਲਾ ਖੁੱਲਾ ਹੈ ਦਰਵਾਜ਼ਾ ਮਾਲਕ ਬੂਤੇ ਉਹਦੇ ਬੂਤੇ ਛੇੜਾ ਲਾਇਆ ਅੱਜ ਜੀ ਕੀਤੀ ਰੋ ਰੋ ਕੇ ਕਮ ਸੇ ਕਮ 45 ਸਾਲ ਤੋਂ ਬਾਅਦ ਮੈਨੂੰ ਉਹ ਖਰਾਤ ਮਿਲਿਆ ਸਰ ਸਾਡਾ ਜਿਹੜਾ ਜੰਗ ਹੈ ਸਰ ਇਸ ਦੀ ਸ਼ੋਰਤ ਬਹੁਤ ਸਾਰੀ ਵਜੂਹਾਂ ਦੀ ਵਜਤ ਹੋਏ ਹੈ ਕਿ ਇਸ ਦੀ ਵਜ੍ਹਾ ਇਹ ਹੈ ਕਿ ਸਾਡੇ ਝੰਗ ਨੇ ਬੜੇ ਨਾਮਵਰ ਸ਼ੋਰਾਇਆ کرام ਵੀ ਪੈਦਾ ਕੀਤੇ ਨੇ ਔਰ ਨਾਮਵਰ ਗਲੁਕਾਰ ਵੀ ਪੈਦਾ ਕੀਤੇ ਨੇ ਸਰ ਅੱਜ ਕੱਲ ਅਸੀਂ ਵੇਖੀ ਤੇ ਸਾਡੇ ਜਿਹੜਾ ਝੰਗ ਹੈ ਸ਼ਾਇਰੀ ਵੀ ਸਰ ਬਹੁਤ ਘੱਟ ਹੋ ਗਈ ਹੈ ਔਰ ਗਲੁਕਾਰੇ ਵੀ ਬਹੁਤ ਘੱਟ ਹੋ ਗਈ ਹੈ ਕੀ ਇਸ ਸੋਸ਼ਲ ਮੀਡੀਆ ਦੀ ਵਜ੍ਹਾ ਤੋਂ ਇਹ ਸਾਰਾ ਕੁਝ ਘੱਟ ਹੋ ਗਿਆ ਵੇਖੋ ਜੀ ਇਹ ਸਾਰੇ ਬੰਦੇ ਦੇ ਅਮਲਾਂ ਤੇ ਮੁੱਕ ਗਈ ਹੈ ਜਿਸ ਦੌਰ ਦੇ ਵਿੱਚ ਇਹ ਝੰਗ ਦਾ ਐਡਾ ਵੱਡਾ ਨਾਮ ਹੈ ਸਾਦਾ ਲੋਕ ਮੁਹੱਬਤ ਕਰਨ ਵਾਲੇ ਲੋਕ اور ਉਹਨਾਂ ਨੂੰ ਝਾਂਗ ਨਾਲ ਪਿਆਰ ਆਈ ਗੱਲ ਸਮਝ ਆਈਏ ਹੁਣ ਤੂੰ ਇਹ ਦੱਸ ਮੇਰੇ ਝਾਂਗ ਨੇ ਹੀਰੇ ਕੱਢੇ ਮੋਤੀ ਉਹਨਾਂ ਹੀਰਿਆਂ ਤੇ ਮੋਤੀਆਂ ਝਾਂਗ ਦਾ ਕੀ ਕੀਤਾ ਅਸਲ وجہ ਆ ਕਿ ਅਸੀਂ ਬੰਦੇ ਹੋਰ ਹੋਰ ਲੈਣਾ ਤੇ ਚੱਲ ਗਏ ਆ ਅਸਲੀਅਤ ਭੁੱਲ ਗਏ ਆ जिंदगी करे अल्लाह खुश रखे देखभाल कर रईयत सर बरा ही ख्याल मैं करे तो रईयत जो मर्जी करे जजाक अल्लाह बहुत शुक्रिया अः असू पांच मिनट आके लेकिन अलू दस मिनट ला लिया जिस वास्ते हजरत खा है ਬਹੁਤ ਬਹੁਤ ਸ਼ੁਕਰੀਆ ਸਰ ਤੁਸੀਂ ਸਾਡੇ YouTube ਚੈਨਲ ਝੰਗ ਰੰਗ ਨੂੰ ਟਾਈਮ ਦਿੱਤਾ ਤੁਸੀਂ ਸਾਡੇ ਸਰ ਝੰਗ ਦਾ ਮਾਣ ਹੋ ਔਰ ਬਹੁਤ ਕਮ ਲੋਗ ਐਸੇ ਹਨ ਜਿਨ੍ਹਾਂ ਨੇ ਸਾਡੀ ਝੰਗਨੀ ਸਕਾਫਤ ਜਿਹੜੀ ਹੈ ਉਸ ਨੂੰ ਜ਼ਿੰਦਾ ਰੱਖਿਆ ਹੋਇਆ ਹੈ ਔਰ ਸਾਡੀ ਦੁਆ ਹੈ ਕਿ ਅੱਲਾਹ ਤਾਲਾ ਤੁਹਾਨੂੰ ਲੰਬੀ ਜ਼ਿੰਦਗੀ ਦੇਵੇ ਜੀ ਨਾਜ਼ਰੀਨ ਜ਼ਹੂਰ ਅਹਿਮਦ ਲੋਹਾਰ ਸਾਹਿਬ ਆਏ ਸਾਡੇ ਝੰਗ ਰੰਗ ਦੇ ਪਰੋਣੇ ਹਨ ਇਹਨਾਂ ਦੇ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਇਹਨਾਂ ਨੇ ਸਾਡੇ ਝੰਗ ਰੰਗ ਨੂੰ ਟਾਈਮ ਦਿੱਤਾ ਅਨਸਰ ਖਾਨ ਬਲੋਸ਼ ਨੂੰ ਝੰਗ ਰੰਗ ਤੋਂ ਇਜਾਜ਼ਤ ਦਿਓ ਅੱਲਾ ਹਾਫਿਜ਼